मारता मारता मारता, पुलिस मुलाजम नू पत्नी समेत मारता। ए कतल की वारदात सामने आई है। बठिंडा च इस कतल की वारदात तो कुड़ी के भरा ने अंजाम दिता। दसिया जा रहा है कि कुड़ी ने कांस्टेबल के नाल लव मैरिज करवाई सी और चार साल बाद उसका पति नाल विवाद हो गया तो पेके आके रहन लग पे। बीते दिन कांस्टेबल अपनी पत्नी नू लैन आ गया। उन्होंने तकरार हो गई तो गुस्से चाहे भरा ने अपनी भैन के नाल ही चीचे का कतल कर दिता। आओ तुहानू दिखाने की है पूरा मामला। दैनिक मेल पंजाबी टीवी दे लई अमन तक्कड़ दी रिपोर्ट। ਕੁੜੀਆਂ ਨੇ ਲਾ ਲਾ ਲੀੜੇ ਉੱਤੇ ਬਲੇਟ ਤੇ ਕੁੱਟਿਆ ਮਾਰਿਆ ਕਿਨੇ ਆ ਜੀ ਇਹ ਉਹਦੇ ਭਰਾ ਨੇ ਉਹਦੇ ਭਰਾ ਨੇ ਪਹਿਲਾਂ ਵੀ ਝਗੜਾ ਝੁਗੜਾ ਹੋਇਆ ਸੀ ਇਹਨਾਂ ਦਾ ਪਹਿਲਾਂ ਜੀ ਵਿਆਹ ਹੋਇਆ 4 ਸਾਲ ਹੋ ਗਏ ਇਹਨਾਂ ਦਾ ਅੱਛਾ ਜਿਹੜਾ ਆਹ ਕਰਮ ਦੀ ਦੁਨੀਆ ਵਿਆਹ ਕੋਰਟ ਮੈਰਿਜ ਹਾਂ ਘਟਨਾ ਕਿੰਨੇ ਵਜੇ ਦੀ ਹੈ ਇਹ ਕਦੋਂ ਹਾਂ 9 ਵਜੇ 9 ਪਤਾ 9 ਵਜੇ 10 ਕੋ ਟਾਈਮ ਦਾ ਇਸੇ ਹੋ ਜਾਈ ਹੋਗਾ ਅੱਛਾ ਕਾਰਨ ਕੀ ਰਹੇ ਮੈਂ ਇੰਨੀ ਬੇਦਰਦੀ ਨਾਲ ਕਤਲ ਕੀਤਾ ਗਿਆ ਕਾਰਨ ਕੀ ਰਹੇ ਕਾਰਨ ਫਿਰ ਆਹੀ ਜੀ ਸੀ ਧੱਕੇ ਨਾਲ ਜਾਂਦਾ ਸੀ ਕੁੜੀ ਨੂੰ ਅੱਛਾ ਇਹ ਤਾਂ ਕੁੜੀ ਕਹਿੰਦੀ ਮੈਂ ਇਹ ਕੰਮ ਕਰ ਬੈਠੀ ਹੁਣ ਨਹੀਂ ਜਾਂਦੀ ਅੱਛਾ ਹਾਂ ਵੀ ਧੱਕੇ ਨਾਲ ਜਾਂਦਾ ਸੀ ਧੱਕੇ ਨਾਲ ਹੀ ਆਇਆ ਸੀ ਰੱਜ ਕੇ ਅੱਛਾ ਜੀ ਹੈ ਜਾਂ ਕਿਸੇ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਪੀਤੀ ਹੋਈ ਸੀ ਅੱਛਾ ਹੈ ਸ਼ਰਾਬ ਪੀਤੀ ਹੋਈ ਸੀ ਪਹਿਲਾਂ ਵੀ ਕਦੇ ਲੜਾਈ ਝਗੜਾ ਹੋਇਆ ਹੈ ਨਾ ਪਹਿਲਾਂ ਨਹੀਂ ਹੋਇਆ ਪਹਿਲਾਂ ਜਦੋਂ ਗੱਲ ਜੀ ਇਹਨਾਂ ਦੀ ਹੋਈ ਸੁਣੀ ਅਸੀਂ ਮਾੜੀ ਮੋਟੀ ਜੀ ਉਹ ਤਾਂ ਇਹਨਾਂ ਨੇ ਵਿੱਚ ਹੀ ਦਬਾ ਲਈ ਕੁੜੀ ਕਹਿੰਦੀ ਮੈਂ ਨਹੀਂ ਜਾਂਦੀ ਜੇ ਤੋਰੋਗੇ ਤਾਂ ਜਾਵਾਂ ਨਹੀਂ ਜਾਂਦੀ ਕੁੜੀ ਇਸ ਗੱਲ ਦੀ ਬਿਸ਼ਰਮੀ ਬਹੁਤ ਮੰਨ ਗਈ ਹੈ ਵਿਆਹ ਕੀ ਮੈਂ ਕੰਮ ਕਰਤਾ ਹੈ ਠੀਕ ਹੈ ਤੇ ਮੁੜ ਕੇ ਬਸ ਆਉਣੋਂ ਹਟ ਗਏ ਇੱਧਰੋਂ ਮੁੰਡਾ ਆਉਣਾ ਜਾਣਾ ਅਤੇ ਮੁੜ ਕੇ ਆਹ ਰਾਤ ਹੀ ਆਇਆ ਸੀ ਡੱਕਿਆ ਸ਼ਰਾਬ ਦਾ ਸੀ ਮੁੰਡੇ ਨੂੰ ਗਾਲਾਂ ਦਿੱਤੀਆਂ ਕਹਿੰਦੇ ਉਸ ਨੂੰ ਅਤੇ ਉਹਦੇ ਭਰਾ ਨੂੰ ਕੁੜੀ ਦੇ ਨੂੰ ਸਰ ਕੀ ਹੈ ਮਾਮਲਾ ਰਾਤ ਜਿਹੜੇ ਦੋ ਮਰਡਰ ਹੋਏ ਆ ਕਿ ਇਹ ਬੇਸਿਕਲੀ ਇੱਕ ਸੰਦੀਪ ਸਿੰਘ ਹੈ ਸਨ ਆਫ ਕੇਵਲ ਸਿੰਘ ਉਹਨੇ ਸਟੇਟਮੈਂਟ ਦਿੱਤੀ ਹੈ ਕਿ ਉਹਦੇ ਭਰਾ ਨੂੰ ਅਤੇ ਉਹਦੀ ਭਰਜਾਈ ਨੂੰ ਉਹਨਾਂ ਦੇ ਹੀ ਰਿਸ਼ਤੇਦਾਰਾਂ ਨੇ ਮਤਲਬ ਲੜਕੀ ਦੇ ਬ੍ਰਦਰ ਨੇ ਅਤੇ ਚਾਚੇ ਨੇ ਅਤੇ ਚਾਚੇ ਦੇ ਮੁੰਡੇ ਨੇ ਇਹ ਰਲ ਕੇ ਇਹਨਾਂ ਦਾ ਮਰਡਰ ਕੀਤਾ ਜਿਹਦੇ 'ਚ ਜਗਮੀਤ ਸਿੰਘ ਅਤੇ ਬੇਅੰਤ ਕੌਰ ਦੀ ਮੌਤ ਹੋ ਚੁੱਕੀ ਹੈ ਅਤੇ ਜਿਹੜੇ ਦੋਸ਼ੀ ਨੇ ਉਹ ਜਲਦੀ ਹੀ ਰਾਊਂਡਅਪ ਕਰ ਲਵਾਂਗੇ ਸੀ ਸਰ ਇਹਨਾਂ 'ਚ ਕੋਈ ਪੁਲਿਸ ਮੁਲਾਜ਼ਮ ਵੀ ਹੈ ਕੋਈ ਪ੍ਰੇਮ ਸੰਬੰਧਾਂ ਦਾ ਮਾਮਲਾ ਸਾਹਮਣੇ ਆ ਰਿਹਾ ਹੈਗਾ ਇਹ ਪ੍ਰੇਮ ਸੰਬੰਧ ਨਹੀਂ ਇਹਨਾਂ ਦੀ ਬਕਾਇਦਾ ਕੋਰਟ ਮੈਰਿਜ ਹੋਈ ਸੀ 2019 'ਚ ਠੀਕ ਹੈ ਜੀ ਕੋਰਟ ਮੈਰਿਜ ਤੋਂ ਬਾਅਦ ਲੜਕੀ ਆਪਣੇ ਮਾਤਾ ਪਿਤਾ ਕੋਲ ਰਹਿ ਰਹੀ ਸੀ ਠੀਕ ਹੈ ਜੀ ਰਾਤ ਕਿਤੇ ਲੜਕਾ ਮਿਲਣਾ ਹੈ ਅਤੇ ਸਡਨਲੀ ਪ੍ਰੋਵੋਕੇਸ਼ਨ 'ਚ ਚੀਜ਼ ਹੋ ਗਈ ਠੀਕ ਹੈ ਜੀ ਅਤੇ ਜਿਹੜਾ ਮ੍ਰਿਤਕ ਹੈ ਮ੍ਰਿਤਕ ਜਿਹੜਾ ਲੜਕਾ ਹੈਗਾ ਜਗਮੀਤ ਸਿੰਘ ਜਗਮੀਤ ਸਾਡੇ ਕਾਂਸਟੇਬਲ ਹੈ ਠੀਕ ਹੈ ਜੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ 302 ਅਤੇ 34 APC ਦੀ ਸਾਰੇ ਦੋਸ਼ੀਆਂ ਦੇ ਖਿਲਾਫ ਕਿੰਨੇ ਫਿਲਹਾਲ ਤਾਂ 3 ਦਾ ਸਾਹਮਣੇ ਆਇਆ ਬਾਕੀ ਇਨਵੈਸਟੀਗੇਸ਼ਨ ਤਾਂ ਪਤਾ ਲੱਗੂਗਾ ਠੀਕ ਹੋ ਜਾਏ ਥੈਂਕ ਯੂ